बिस्मिल्लाहिर्रहमानिर्रहीम। अस्सलामुअलैकुम भाई, तुहाडा भाई शाहद महमूद आज तुहाडे लई लैके आया है इनफॉर्मेशन, बैंक चों ट्रैक्टर किदां लईदा है। ते आदम ट्रैक्टर यूट्यूब चैनल ते तुहानू ये चीज़ां लभदियां रहिंदियां, गड्डियां भी जिहड़ियां लैणियां चाहो, जीरो मीटर डब्बा पैक ते कबाड़ दा माल भी हर चीज़ तुहानू मिलेगा, नवीं तों नवीं ते पुरानी तों पुरानी जिहड़ी मुल्क च गड्डी हुंदी है सारियां गड्डियां मिलदियां ने। ठीक है, हुण मैं तुहानू दस्सांगा वी बैंक चों गड्डी किदां लईदी है। ए वेखो कागज़ ते जिहड़ी बैंक चों गड्डी खरीदी होई है ते किहड़े तरीके नाल लई है, ओह आपां पुछने आ मालकां नू। सर आयो पूरा। अस्सलामुअलैकुम भाजी। वालेकुम सलाम जी। अच्छा सर, ये तुसी गड्डी जिहड़ी लई है इहदे वास्ते की कारवाई है? टोटल ए टू जेड मोढ़ों शुरू करो ते आखिर ते पहुंचाओ। जमीन दी फर्द और जमीन दे जो नाम जिहदी जमीन वह बंदा हाजिर होवे उहदे थ्रू गड्डी जानी बैंक दे कागजात बना के फर्द जमा करा के 3 महीने बाद गड्डी मिलदी है जी। जमीन किन्नी होनी चाहिए? जमीन 5 एकड़ जी। इस तों घट नहीं? नहीं, इस तों घट नहीं। ते जे जमीन ना हो बंदे कोल होर कोई सोना सोना या कोई मकान हो चलदा? नहीं, इस तरह गड्डी नहीं हो देंदे। मकान ते मेरे ख्याल मकान दी फर्द फुर्द होवे? नहीं देंदे, आज तक निकली देखी नहीं गड्डी इस तरह जमीन तो अलावा। हां जी। अच्छा, सिर्फ जमीन ते आ? जमीन ते। ते किन्ने दिन लगे, किन्ने महीने च गड्डी तुहाडी आई? 2 महीने बाद जी। 2 महीने बाद देंदे सी, 20 मॉडल देंदे सी, असीं 21 लैणा, उन्हां 3 महीने बाद दित्ता जी। हां जी। अज तारीख किन्नी है भला? 16 मेरे ख्याल 16 के 17 आया, 16-17 जनवरी है भाजी। 16-17 जनवरी में वीडियो बनती पई है, 21 मॉडल बैंक वाले ने दे दिता है, साल शुरू के बेच ही दे दिता है। तो बैंक के बेच एक फर्द आ, तो ये जेड़ा तुसी दस्या होर की? बस जमीन के अपने कागजात ही ने मुकम्मल फर्द समेत, यानी कि होर ये बाहर किसी चट्टी दलाली भी देनी पैंदी है? नहीं जी, चट्टी दलाली कोई नहीं, किसी नूं नहीं देनी पैंदी बाहर, किसी नूं भी नहीं। ਤੁਹਾਡੀ ਗੱਡੀ ਬੁੱਕ ਹੋਈ ਆ ਉੱਥੇ, ਏਜੰਸੀ ਜਿਹੜੀ ਤੁਹਾਡੇ ਸ਼ਹਿਰ ਦੀ ਉੱਤੇ ਆ ਜਾਏਗੀ, ਤੁਹਾਨੂੰ ਆਪੇ ਫੋਨ ਕਰਕੇ ਗੱਡੀ ਦੇ ਦੇਣਗੇ, ਕੋਈ ਚੱਟੀ ਦਲਾਲੀ ਨਹੀਂ। ਤੇ ਕੀਮਤ ਵੱਧ ਲਾਉਂਦੇ ਕਿ ਪੂਰੀ ਹੁੰਦੀ ਹੈ? ਕੀਮਤ ਪੂਰੀ ਲਾਉਂਦੇ ਨੇ, ਵੱਧ ਨਹੀਂ ਲਾਉਂਦੇ ਜੀ। ਯਾਨੀ ਕਿ ਸੂਦ ਸਾਦ ਕੋਈ ਸ਼ੈ ਨਹੀਂ? ਉਹਨੂੰ ਲੱਗਣਾ ਜਿਹਨੇ ਜ਼ਮੀਨ ਦੀਆਂ ਹੁਣ ਜਮ੍ਹਾਂ ਕਰਾਉਣੀਆਂ ਨਾ, ਫਰਦਾਂ ਫੁਰਦਾਂ ਸੂਦ ਉਹਨੂੰ ਲੱਗਣਾ, ਤੁਹਾਨੂੰ ਨਹੀਂ ਲੱਗਣਾ, ਤੁਸੀਂ ਤਾਂ ਜਿੰਨੇ ਦੀ ਖਰੀਦ ਲਈ ਖਰੀਦ ਲਈ। ਮੈਂ ਇਹ ਆਪਾਂ ਵੇਚਣ ਦੀ ਗੱਲ ਨਹੀਂ, ਆਪਾਂ ਤੇ ਸਮਝੋ ਵੀ ਮੈਂ ਜ਼ਿਮੀਦਾਰ ਹਾਂ, ਜਿੱਦਾਂ ਤੁਸੀਂ ਖਰੀਦ ਕੇ ਲਿਆਏ ਜੇ ਤੁਹਾਨੂੰ ਲੱਗਣਾ ਹੈ ਨਾ? ਲੱਗਣਾ ਬਿਲਕੁਲ ਲੱਗਣਾ, ਅਸੀਂ ਜ਼ਿਆਦਾ ਲੱਗਣਾ ਸਾਨੂੰ ਤਾਂ ਸੂਤ। ਕਿੰਨਾ ਲੱਗਣਾ? 3.5 ਲੱਖ, 4 ਲੱਖ, 5 ਲੱਖ, ਕਿੰਨਾ? ਨਹੀਂ, ਆਪਾਂ ਨੂੰ ਹਜੇ ਤੀ ਪਤਾ, ਸਿੱਧੀ ਗੱਲ। ਕਿੰਨੀਆਂ ਕਿਸ਼ਤਾਂ ਹੋਈਆਂ? ਕਿਸ਼ਤੀਆਂ 5 ਸਾਲਾਂ 'ਚ ਕਲੀਅਰ ਕਰਨੀ ਹੈ। ਹਾਂਜੀ, 5 ਸਾਲਾਂ 'ਚ ਪਹਿਲੀ ਕਿਸ਼ਤ ਦੇ ਕੇ ਆਏ ਕਿ ਨਹੀਂ ਅਜੇ? ਨਹੀਂ, ਕੋਈ ਨਹੀਂ, ਕੋਈ ਕਿਸ਼ਤ ਨਹੀਂ ਤਰੀ ਅਜੇ। 5 ਸਾਲਾਂ ਦੇ ਵਿੱਚ ਕਿੰਨਾ ਪੈਸਾ ਪੂਰਾ ਦੇਣਾ ਤੁਸੀਂ ਉਹਨਾਂ ਨੂੰ? ਉਹਨਾਂ ਨੂੰ ਹੁਣ ਸੂਤ ਲੈਦਾ, ਬਾਕੀ ਜੋ 11,05,000 ਇਹ ਗੱਡੀ ਦੀ ਕੀਮਤ ਉਹਨਾਂ ਨੇ ਅਦਾ ਕਰਨੀ ਹੈ। ਜੇ ਅਸੀਂ ਜਲਦੀ ਕਰਾਂਗੇ ਘੱਟ ਸੂਤ ਲਾਉਣਗੇ, ਜੇ ਲੇਟ ਕਰਾਂਗੇ ਤੇ, ਜੇ 2 ਸਾਲਾਂ 'ਚ ਕਰ ਦੀ ਘੱਟ ਲਾਉਣਗੇ, ਉਹ ਤਾਂ ਆਪਣੀ ਜ਼ਿਹਨ ਨਾ ਨਾ। ਹਾਂਜੀ, ਜਿੰਨੇ ਜਲਦੀ ਕਰਾਂ, 5 ਸਾਲ ਦੀ ਉਹਨਾਂ ਦੀ ਆਖਰੀ ਲੈਸ ਕੀਮਤ ਹੈ ਜੀ ਜੋ ਅਸੀਂ ਅਦਾ ਕਰਾਂਗੇ। 5 ਸਾਲ ਐਂਡ ਹੈਗਾ, ਇਸ ਤੋਂ ਬਾਅਦ ਜ਼ਮੀਨ ਜਿਹੜੀ ਪਲਾਜੇ ਆ ਉਹਨੂੰ ਹੋ ਸਕਦਾ ਭਾਵੇਂ ਨਿਲਾਮੀ ਕਰਨ ਤੇ ਭਾਵੇਂ ਜੋ ਮਰਜ਼ੀ ਕਰਨ, ਉਹਨਾਂ ਦੀ ਜ਼ਮੀਨ ਉਹਨਾਂ ਦੀ ਹੋ ਜਾਏਗੀ ਭਾਜੀ। ਤੁਹਾਨੂੰ ਹੁਣ ਇਸ ਟਾਈਮ ਇਹ ਨਹੀਂ ਪਤਾ ਹੈਗਾ ਵੀ ਯਾਰ ਉਹ ਐਂਡ ਕਿੰਨਾ, ਸੂਦ ਕਿੰਨਾ 5 ਸਾਲਾਂ ਦਾ? ਹੈ ਨਹੀਂ ਪਤਾ ਇਸ ਗੱਲ ਦਾ ਸਾਨੂੰ। ਸਾਡੇ ਇੱਦਾਂ ਦੇ ਭਰਾ ਜ਼ਿਮੀਦਾਰ ਵੀ ਹੈ, ਗੱਡੀ ਵੀ ਲੈਣ ਦੀ ਸਾਰਾ ਕੁਛ ਹੀ ਕਰ ਲਿਆ, ਹੁਣ ਇਹ ਚੇਤਾ ਨਹੀਂ ਗਾ ਵੀ ਕਿੰਨੇ ਦੇਣੇ ਨੇ ਉਹਨਾਂ ਨੂੰ। ਉਹ ਭਾਜੀ 3 ਲੈਣ 4 ਲੈਣ ਕੋਈ ਪਤਾ ਨਹੀਂ ਹੈ, ਅਤੇ ਹੋ ਸਕਦਾ ਬਹੁਤੇ ਵੀ ਹੋਣ। ਅਤੇ ਇਜਾਜ਼ਤ ਚਾਹੁੰਦੇ ਹਾਂ ਵੀਰਾਂ ਕੋਲੋਂ, ਅੱਲਾ ਹਾਫਿਜ਼। ਇਹ ਵੇਖ ਲਓ ਐਸ ਆਰ ਆਈ ਰਸੀਦ, ਅਤੇ ਇਹਦੇ ਉੱਤੇ ਗੱਡੀ ਪਾਈ ਹੋਈ ਹੈ ਭਾਜੀ 10,85,700 ਰੁਪਈਏ ਦੀ। ਠੀਕ ਹੈ, ਬੈਂਕ ਵੱਲੋਂ ਜਾਂ ਮਿਲਤ ਵਾਲਿਆਂ ਦੀ ਇਹ ਨਕਲ ਹੈਗੀ ਜੇ, ਠੀਕ ਹੋ ਗਿਆ। 10,34,000 ਵਿੱਚ 51,000 ਮੈਨੂੰ ਲੱਗਦਾ ਸੇਲ ਟੈਕਸ ਪੈ ਗਿਆ ਜੇ। ਇਹ ਵੇਖੋ 51,700 ਸੇਲ ਟੈਕਸ ਪਿਆ 10,034 ਦੇ ਵਿੱਚ, ਆ ਨਹੀਂ 10,34,000 ਦੇ ਵਿੱਚ, ਇੱਦਾਂ ਹੀ ਹੈ ਨਾ ਭਾਈ? ਅਤੇ ਠੀਕ ਹੋ ਗਿਆ ਭਾਈ, ਵੀਰਾਂ ਕੋਲ ਇਜਾਜ਼ਤ ਚਾਹੁੰਦੇ ਹਾਂ। 10,34,000 ਦੀ ਸੀ, 51,700 ਟੈਕਸ ਪੈ ਗਿਆ, ਇਹ ਹੋ ਗਿਆ 10,85,700 ਦੀ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।